ਪੰਜਾਬ ਦੇ ਵਿੱਚ ਕਈ ਥਾਵਾਂ ਤੋਂ ਬਾਅਦ ਹੁਣ ਪੰਚਕੂਲਾ ਦੇ ਵਿੱਚ ਵੀ ਪਿਟਬੁਲ ਤੇ ਰੌਟਵਿਲਰ ਨੂੰ ਬੈਨ ਕਰ ਦਿੱਤਾ ਗਿਆ ਅਸੀਂ ਗੱਲਬਾਤ ਕਰਾਂਗੇ ਪੰਚਕੂਲਾ ਦੇ ਨਿਵਾਸੀ ਸਚਿਨ ਜੀ ਸਾਡੇ ਨਾਲ ਆ ਬਾਈ ਜੀ ਪੰਚਕੂਲਾ ਦੇ ਵਿੱਚ ਵੀ ਹੁਣ ਪਿਟਬੁਲ ਤੇ ਰੌਟਵਿਲਰ ਨੂੰ ਬੈਨ ਕਰ ਦਿੱਤਾ ਗਿਆ ਕਈਆਂ ਲੋਕਾਂ ਦੇ ਕੋਲ 5-5 6-6 ਸਾਲ ਤੋਂ ਪਿਟਬੁਲ ਜਾਂ ਰੌਟਵਿਲਰ ਰੱਖਿਓਨੇ ਪਿਆਰ ਉਹਨਾਂ ਦਾ ਪੈਰੰਦਾ ਹੈ ਲੇਕਿਨ ਹੁਣ ਅਚਾਨਕ ਬੈਨ ਕਰ ਦਿੱਤਾ ਗਿਆ ਕਿਵੇਂ ਦਾ ਤੁਹਾਨੂੰ ਲੱਗ ਰਿਹਾ ਤੇ ਤੁਸੀਂ ਬੜਾ ਗਲਤ ਹੋਇਆ ਬੈਨ ਕਰਨਾ ਡੌਗਸ ਨੂੰ ਲੋਕ ਜਿਨ੍ਹਾਂ ਨੇ ਕੁੱਤੇ ਰੱਖਿਓਨੇ ਨੇ ਬੜੀ ਅਟੈਚਮੈਂਟ ਹੁੰਦੀ ਹੈ ਕੁੱਤਿਆਂ ਨਾਲ ਤੇ ਉਹਨਾਂ ਨੂੰ ਇਨਸਾਨ ਤੋਂ ਵੀ ਜ਼ਿਆਦਾ ਪਿਆਰ ਹੁੰਦਾ ਜਿੰਨਾ ਲੋਕਾਂ ਨੇ ਮੈਂ ਵੀ ਕੁੱਤਾ ਰੱਖਿਆ ਹੋਇਆ ਹੈ ਜੀ ਤੇ ਉਹਦੇ ਉਹਦੇ ਪ੍ਰਤੀ ਮੇਰੇ ਮਨ 'ਚ ਬੜੀ ਅਟੈਚਮੈਂਟ ਹੈ ਹੁਣ ਜਿਹੜਾ ਡਿਸੀਜਨ ਲਿਆ ਹੈ ਬੜਾ ਗਲਤ ਡਿਸੀਜਨ ਹੈ ਯੂਪੀ ਦਾ ਇਹਨਾਂ ਨੇ ਹਵਾਲਾ ਦਿਆ ਵੀ ਯੂਪੀ ਤੇ ਉਹ ਇੱਕ ਮੁੰਡੇ ਨੇ ਰੱਖਿਆ ਹੋਇਆ ਸੀ ਉਹਦੀ ਮਦਰ ਨੂੰ ਵੱਢ ਲਿਆ ਡੈਥ ਹੋ ਗਈ ਇਹ ਇਹੋ ਜਿਹਾ ਇਨਸੀਡੈਂਟ ਵਨ ਸੀ ਨਾ 10 ਇਅਰਸ ਇਨਸੀਡੈਂਟ ਨੇ 10 ਸਾਲਾਂ 20 ਸਾਲਾਂ ਚ ਇੱਕ ਵਾਰ ਹੁੰਦਾ ਹੈ ਉਹਦੇ ਕਰਕੇ ਤੁਸੀਂ ਇਹੋ ਜਿਹਾ ਫਰਮਾਨ ਲੈ ਕੇ ਆਓ ਵੀ ਹਾਂ ਵੀ ਕੁੱਤੇ ਨਹੀਂ ਰੱਖਣੇ ਬੜਾ ਗਲਤ ਹੈ ਐਗਰੈਸਿਵ ਕੋਈ ਵੀ ਐਨੀਮਲ ਹੋ ਸਕਦਾ ਹੈ ਇਹਦੇ 'ਚ ਇਹ ਮਤਲਬ ਨਹੀਂ ਹੈ ਕਿ ਤੁਸੀਂ ਰੱਖ ਹੀ ਨਹੀਂ ਸਕਦੇ ਤੇ ਹੁਣ ਇਸ ਤੋਂ ਬਾਅਦ ਮੈਨੂੰ ਵੀ ਬਹੁਤ ਸਾਰੀ ਕਾਲਸ ਆ ਰਹੀਆਂ ਨੇ ਤੇ ਲੋਕ ਇਸ ਇਸ ਚੀਜ਼ ਨੂੰ ਲੈ ਕੇ ਸੜਕਾਂ ਤੋਂ ਉਤਰਨ ਨੂੰ ਤਿਆਰ ਨੇ ਵੀ ਸਾਡੀ ਕਿਸੇ ਕੁੱਤੇ ਨਾਲ 5-7 ਸਾਲ ਤੋਂ ਰੱਖਿਆ ਹੋਇਆ ਅਟੈਚਮੈਂਟ ਹੈਗੀ ਉਹਨਾਂ ਨੂੰ ਕਿੱਥੇ ਲੈ ਕੇ ਜਾਣਗੇ ਕਿੱਥੇ ਛੱਡਣਗੇ ਤੇ ਪਰਿਵਾਰ ਦੇ ਜੀਵਾਂ ਸਾਹਮਣੇ ਰੱਖੇ ਨੇ ਕੁੱਤੇ ਤੇ ਉਹਨਾਂ ਦਾ ਅਸੀਂ ਕੀ ਕਰਾਂਗੇ ਹੁਣ ਸੱਚੀ ਇਤਾਂ ਦੀ ਵੀ ਕੋਈ ਜਿਹਨਾਂ ਨੇ ਖੁੱਤਰ ਰੱਖਿਆ ਹੋਣਾ ਇਤਾਂ ਦੇ ਵੀ ਕੋਈ ਮੈਂਬਰ ਹੋਣੇ ਜਿਨ੍ਹਾਂ ਨੇ 1 ਮਹੀਨਾ ਪਹਿਲਾਂ ਹੀ ਡੌਗ ਲਿਆਉਣਾ ਤੇ ਅੱਜ ਜਿਹੜਾ ਡਿਸੀਜਨ ਜਿਹੜਾ ਕੀ ਪੰਚਕੁਲਾ ਦੇ ਵਿੱਚ ਅਨਾਉਂਸ ਹੋ ਗਿਆ ਤੇ ਉਹ ਫਿਰ ਕਿੱਥੇ ਜਾਣਗੇ ਕਿਉਂਕਿ ਜਿਹੜੇ ਕਾਫੀ ਸਾਰੇ ਪੰਚਕੁਲਾ ਦੇ ਵਿੱਚ ਇਤਾਂ ਦੇ ਕੈਨਲ ਹੈ ਜਿਹੜੇ ਸੇਲ ਕਰਦੇ ਨੇ ਆ ਉਹਨਾਂ ਦੀ ਤਾਂ ਫਿਰ ਸਾਰੀ ਜਿਹੜੀ ਸੇਲ ਰੁਕ ਚੁੱਕੀ ਹੈ ਕਿਉਂਕਿ ਪੰਜਾਬ ਦੇ ਵਿੱਚ ਹੀ ਹਾਲਾਂਕਿ ਕਈ ਥਾਵਾਂ ਦੇ ਉੱਤੇ ਬੈਨ ਕਰ ਦਿੱਤਾ ਗਿਆ ਇਹਦੇ ਬਾਰੇ ਤੁਸੀਂ ਕਹੋਗੇ ਜਿਨ੍ਹਾਂ ਨੇ ਹੁਣੀ-ਹੁਣੀ ਜਿਨ੍ਹਾਂ ਨੇ ਡੌਗਸ ਲੱਤੇ ਆ ਜਾਂ ਜਿਹੜਾ ਪਿਟਬੋਲ ਜਾਂ ਰੌਟ ਰੀਲਰ ਦਾ ਕੋਈ ਬੱਚਾ ਖ ਜੋਣ ਦੇਖੋ ਜੀ ਬੜਾ ਗਲਤ ਹੈ ਮੈਨੂੰ ਸਵੇਰ ਤੋਂ ਹੀ ਪੰਜ ਸੱਤ ਫੋਨ ਆ ਚੁੱਕੇ ਆ ਜਿਹੜੇ ਜਾਣ ਪਛਾਣ ਵਾਲੇ ਸੀ 8 9 10 ਸੈਕਟਰ ਸੀਗੇ ਜਿਹੜੇ ਨੌਨ ਲੋਕ ਸੀਗੇ ਕਹਿੰਦੇ ਅਸੀਂ ਕੁੱਤਾ ਹੁਣੇ ਲਿਆ ਤੇ ਹੁਣ ਕੀ ਕਰੀਏ ਸਾਡਾ ਲगाव ਸੀ ਪਿਆਰ ਸੀ ਬੱਚਿਆਂ ਤੱਕ ਦਾ ਲगाव ਹੋ ਜਾਂਦਾ ਹੈ ਦੇਖੋ ਕੁੱਤਾ ਡੌਗ ਕਹਿੰਨੇ ਕੁੱਤਾ ਕੋ ਉਹਨੂੰ ਇੱਕ ਉਹ ਆਪਣੇ ਪਰਿਵਾਰ ਦਾ ਹਿੱਸਾ ਬਣ ਜਾਂਦਾ ਹੈ ਬਜ਼ੁਰਗ ਵੀ ਉਹਦੇ ਨਾਲ ਜੁੜਿਆ ਹੁੰਦਾ ਜਵਾਨ ਵੀ ਜੁੜਿਆ ਹੁੰਦਾ ਬੱਚਾ ਵੀ ਜੁੜਿਆ ਹੁੰਦਾ ਜਦੋਂ ਘਰੇ ਕੋਈ ਇਕੱਲਾ ਹੁੰਦਾ ਇਨਸਾਨ ਤਾਂ ਉਹਦੀ ਜਿਹੜੀ ਫੀਲਿੰਗਸ ਤੇ ਅਟੈਚਮੈਂਟ ਹੁੰਦੀ ਆਪਣੀ ਉਹਦੇ ਨਾਲ ਉਹ ਅਸੀਂ ਡਿਸਕ੍ਰਾਈਬ ਨਹੀਂ ਕਰ ਸਕਦੇ ਲੋਕ ਇਸ ਚੀਜ਼ ਨੂੰ ਬੜਾ ਸੀਰੀਅਸ ਲੈ ਰਹੇ ਆ ਤੇ ਡਿਸੀਜਨ ਬੜਾ ਗਲਤ ਹੈ ਇਹ ਡਿਸੀਜਨ ਟ੍ਰਾਈ ਸਿਟੀ ਨੂੰ ਵੀ ਇੰਪੈਕਟ ਪਾਊਗਾ ਕਰਨ ਚੰਡੀਗੜ੍ਹ ਜਾਂ ਮਣੀ ਮਾਜਰਾ ਕਿਤੇ ਹੋਰ ਵੀ ਮੁਹਾਲੀ ਦੇ ਵਿੱਚ ਵੀ ਇਹੋ ਜਿਹਾ ਕੋਈ ਡਿਸੀਜਨ ਲਿਆ ਜਾ ਸਕਦਾ ਹੈ ਇਸ ਕਰਕੇ ਲੋਕ ਇਸ ਚੀਜ਼ ਨੂੰ ਬੜਾ ਸੀਰੀਅਸਲੀ ਲੈ ਕੇ ਅੱਗੇ ਆ ਰਹੇ ਆ ਵੀ ਲੋਈਏ ਕਿਸੇ ਨਾਲ ਉਹ ਕਹਿੰਦੇ ਅਸੀਂ ਇਹਨੂੰ ਹਾਈ ਕੋਰਟ ਦੇ ਵਿੱਚ ਵੀ ਚੈਲੰਜ ਕਰਾਂਗੇ ਇਸ ਰੂਲ ਨੂੰ ਵੀ ਤੁਸੀਂ ਕਿਵੇਂ ਸਾਨੂੰ ਕਿਸੇ ਕੋਈ ਚੀਜ਼ ਕਰਨ ਤੋਂ ਰੋਕ ਸਕਦੇ ਹੋ ਅੱਛਾ ਸਤਜੀ ਇੱਕ ਹੋਰ ਗੱਲ ਦੱਸੋ ਕਿ ਥਾਵਾਂ ਦੇ ਵਿੱਚ ਕਈ ਜਿਵੇਂ ਹੁਣ ਜਿਵੇਂ ਹੁਣ ਕਹ ਰਹੇ ਕਿ ਅਗਲੀ ਵਾਰੀ ਚੰਡੀਗੜ੍ਹ ਦੀ ਵੀ ਹੋ ਸਕਦੀ ਹੈ ਜਿਵੇਂ ਪੰਚਕੂਲਾ ਦੇ ਵਿੱਚ ਕਰਤਾ ਤੇ ਯਾਤਾ ਪ੍ਰਸ਼ਾਸਨ ਨੂੰ ਐਦਾਂ ਕਰਨਾ ਚਾਹੀਦਾ ਜਾਂ ਤਾਂ ਬਰੀਡੀ ਬੈਨਡ ਕਰ ਦੇਣ ਉਹ ਇਸ ਤੋਂ ਵਧਿਆ ਤਾਂ ਲੋਕ ਲੈਣਗੇ ਹੀ ਨਹੀਂ ਜੇ ਬਰੀਡੀ ਬੈਨ ਹੋ ਜਾਏਗੀ ਲੇਕਿਨ ਇਹਦਾ ਕਈ ਥਾਵਾਂ ਤੇ ਕਰਨ ਦੇ ਵਿੱਚ ਹੈ ਤੁਹਾਨੂੰ ਲੱਗਦਾ ਨਹੀਂ ਇਹਦੇ ਨਾਲ ਫਾਇਦਾ ਤਾਂ ਕੋਈ ਹੋਏਗਾ ਨਹੀਂ ਲੇਕਿਨ ਲੋਕਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਇਸ ਚੀਜ਼ ਨਾਲ ਹੋਏਗਾ ਦੇਖੋ ਜੀ ਕੋਈ ਡਿਸੀਜਨ ਲੈ ਕੇ ਆਂਦੀ ਹੈ ਸਰਕਾਰ ਆਪ ਦੇ ਹਿਸਾਬ ਨਾਲ ਲੈ ਕੇ ਆਂਦੀ ਹੈ ਬਰੀਡ ਬੈਨ ਕਰਨ ਕੁਝ ਕਰਨ ਹੁਣ ਸ਼ਰਾਬ ਵਿਖਦੀ ਹੈ ਜੀ ਸ਼ਰਾਬ ਨਾਲ ਨੁਕਸਾਨ ਨਹੀਂ ਹੁੰਦਾ ਸਰੀਰ ਨੂੰ ਨੁਕਸਾਨ ਹੁੰਦਾ ਹੈ ਹਰ ਥਾਂ ਠੇਕੇ ਨੇ ਸ਼ਰਾਬ ਵਿਖਦੀ ਹੈ ਤੇ ਕੁੱਤਿਆਂ ਨਾਲ ਤੁਸੀਂ ਕਹਿ ਦਿੰਦੇ ਹੋ ਵੀ ਡੈਥ ਹੁੰਦੀ ਹੈ ਮੌਤ ਹੁੰਦੀ ਹੈ ਕਿਸੇ ਨੂੰ ਮਾਰ ਦਿੰਦੇ ਆ ਵੱਢ ਲੈਂਦੇ ਆ ਸਭ ਤੋਂ ਜ਼ਿਆਦਾ ਤਾਂ ਮੈਂ ਕਹਿੰਦਾ ਸ਼ਰਾਬ ਨਾਲ ਨੁਕਸਾਨ ਠੀਕੇ ਕਿਉਂ ਨਹੀਂ ਬੈਨ ਕਰਦੇ ਲੋਕ ਪੀਂਦੇ ਆ ਸ਼ਰਾਬ ਉਸ ਤੋਂ ਬਾਅਦ ਗਲਤ ਐਕਟੀਵਿਟੀ ਕਰਦੇ ਆ ਕੋਈ ਗਲਤ ਪਾਰਟਿਸਪੀਟ ਕਰਦੇ ਗਲਤ ਐਕਟੀਵਿਟੀਆਂ ਦੇ ਵਿੱਚ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਵੀ ਅਸੀਂ ਕੁੱਤੇ ਨਹੀਂ ਰੱਖਣ ਦੇਣੇ ਤੇ ਬਰੀਡ ਬੈਨ ਕਰਨੀ ਹੈ ਬਰੀਡ ਬੈਨ ਕਰਨਾ ਕੋਈ ਸੋਲੂਸ਼ਨ ਨਹੀਂ ਆਏਗਾ ਤੁਸੀਂ ਇਸ ਤੋਂ ਵਧੀਆ ਤਾਂ ਸੈਮੀਨਾਰ ਆਰਗੇਨਾਈਜ਼ ਕਰਾਓ ਇੱਕ ਇਹੋ ਜਿਹੇ ਇਵੈਂਟਸ ਕੰਡਕਟ ਕਰੋ ਜਿੱਥੇ ਤੁਸੀਂ ਕਹਿ ਸਕਦੇ ਹੋ ਟੀਮ ਨੂੰ ਇਕੱਠਾ ਕਰਕੇ ਸਾਰਿਆਂ ਨੂੰ ਕਹਿ ਸਕਦੇ ਹੋ ਵੀ ਇਸ ਤਰੀਕੇ ਨਾਲ ਕੁੱਤੇ ਨੂੰ ਡੀਲ ਕਰਨਾ ਹੈ ਉਹਦੀ ਅਗਰੈਸਿਵਨੈਸ ਨੂੰ ਕੰਟਰੋਲ ਕਰਨਾ ਸਮੇਂ-ਸਮੇਂ ਤੇ ਉਹਦੀ ਦਵਾਈ ਪਾਣੀ ਠੀਕ ਰਵੇ ਉਹਦੀ ਡਾਈਟ ਠੀਕ ਰਵੇ ਤੇ ਹੇ ਜੀ ਹੋਰ ਬੜੇ ਅਗਰੈਸਿਵ ਐਨੀਮਲਸ ਪਾਲ ਲੈਣੇ ਆ ਤੇ ਡਸਨਟ ਮੀਨ ਕਿਤੇ ਵੀ ਇਹ ਰੂਲ ਨਹੀਂ ਹੈਗਾ ਪੂਰੇ ਮੈਨੂੰ ਲੱਗਦਾ ਵਰਲਡ ਦੇ ਵਿੱਚ ਵੀ ਤੁਸੀਂ ਕਿਸੇ ਬਰੀਡ ਨੂੰ ਸਪੈਸਿਫਿਕ ਟਾਰਗੇਟ ਕਰੋ ਜਾਂ ਪਰਸਨਲਿਟੀ ਤੁਸੀਂ ਕੈਸੇ ਹੁਕਦੇ ਹੋ ਵੀ ਤੁਸੀਂ ਇਹ ਇਹ ਕੁੱਤਾ ਨਹੀਂ ਰੱਖਣਾ ਫਾਈਨ ਲਗਾ ਦਿੰਦੇ ਸੋ ਏਸੀ ਕੇ ਸਾਡੇ ਨਾਲ ਪੰਚਕੂਲਾ ਨਿਵਾਸੀ ਸਚਿੰਜ ਜਿਨ੍ਹਾਂ ਦਾ ਕਹਿਣਾ ਹੈ ਕਿ ਬਰੀਡਸ ਨੂੰ ਬੰਦ ਕਰਨ ਤੋਂ ਅੱਛਾ ਪ੍ਰਸ਼ਾਸਨ ਨੂੰ ਇਵੈਂਟ ਕਰਾਣੇ ਚਾਹੀਦੇ ਆ ਤੇ ਡੌਗਸ ਦੇ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਕਿ ਡੌਗ ਜਿਹੜਾ ਕੀ ਹੈ ਲੋਕਾਂ ਨੂੰ ਨਾ ਕੱਟਣ ਕੈਮਰਾਮੈਨ ਅਜੀਤ ਸਿੰਘ ਰਾਣਾ ਦੇ ਨਾਲ ਮੈਂ ਸ਼ਾਂਖ ਪੰਜਾਬ ਟੂਡੇ ਚੰਡੀਗੜ੍ਹ